प्यारे विद्यार्थियों एक्सरसाइज 4.1 सिक्स्थ क्लास मैथ चैप्टर 4 इंटीजर्स क्वेश्चन नंबर 1 राइट टू एग्जांपल्स फ्रॉम डे टू डे लाइफ इन व्हिच वी कैन यूज पॉजिटिव एंड नेगेटिव इंटीजर्स जदा बच्चो टेंपरेचर ਤੁਸੀਂ ਦੇਖਿਆ ਹੋਣਾ ਠੰਡੇ ਦੇਸ਼ਾਂ ਦਾ 네ਗੇਟਿਵ ਚੱਲ ਜਾਂਦਾ -10° -10° -4° ਤੇ ਜ਼ਿਆਦਾਤਰ ਗਰਮੀਆਂ ਦੇ ਵਿੱਚ ਜਿੱਦਾਂ 20° 30° ਦੇ ਵਿੱਚ ਟੈਂਪਰੇਚਰ ਚੱਲ ਜਾਂਦਾ ਪਲੱਸ 40 ਡਿਗਰੀ ਸੈਲਸੀਅਸ ਇਸ ਤਰ੍ਹਾਂ ਤੇ ਜਿਹੜੀਆਂ ਆਮ ਐਗਜ਼ਾਮਪਲਾਂ ਤੁਸੀਂ ਇਦਾਂ ਵੀ ਲਿਖ ਸਕਦੇ ਹੋ ਜਿਸ ਤਰ੍ਹਾਂ ਲਿਖੇ ਹੋਈਆਂ ਹਨ ਅਰਨਿੰਗ ਐਂਡ ਸਪੈਂਡਿੰਗ ਆ ਮਨੀ ਅਰਨਿੰਗ ਪੋਜ਼ਿਟਿਵ ਹੈ ਤੇ ਸਪੈਂਡਿੰਗ 네ਗੇਟਿਵ ਆਫ ਇੰਟੀਜਰ ਹੈ ਅੱਗੇ ਇੱਕ ਐਗਜ਼ਾਮਪਲ ਦੂਸਰੀ ਮਨੀ ਡਿਪੋਜ਼ਿਟਡ ਬੈਂਕ 'ਚ ਜਮਾ ਕਰਾਉਨੇ ਉਹ ਪਲੱਸ ਹੈ ਤੇ ਜਿਹੜੀ ਵਿਡਡਰਾਲ ਉਹਨੂੰ 네ਗੇਟਿਵ ਆਫ ਦਾ ਇੰਟੀਜਰ ਹੁੰਦਾ ਇਨ ਦਾ ਬੈਂਕ ਐਗਜ਼ਾਮਪਲਾਂ ਵੀ ਲਿਖ ਸਕਦੇ ਕੋਈ ਹੋਰ ਐਗਜ਼ਾਮਪਲਾਂ ਵੀ ਤੁਸੀਂ ਲਿਖ ਸਕਦੇ ਹੋ ਕੁਐਸਚਨ ਨੰਬਰ 2 ਰਾਈਟ ਦਾ ਆਪੋਜ਼ਿਟ ਆਫ ਦਾ ਫੋਲੋਇੰਗ ਪ੍ਰੋਫਿਟ ਆਫ ਰੁਪੀਸ 500 ਇੱਥੇ ਲਾਸ ਲਿਖ ਦਿਓਗੇ ਵਿਡਡਰਾਲ ਦਾ ਮਤਲਬ ਹੁੰਦਾ ਪੈਸੇ ਕਢਾਉਣੇ ਬੈਂਕ ਦੇ ਵਿੱਚੋਂ ਤੇ ਡਿਪੋਜ਼ਿਟ ਆ ਜਾਣਾ ਇੱਥੇ ਇੱਥੇ ਆ ਡਿਪੋਜ਼ਿਟ ਹੈ ਤੇ ਇੱਥੇ ਵਿਡਡਰਾਲ ਆ ਜਾਣਾ ਅਗੇ 326 BC ਦੇਖੋ ਕਿਸ ਤਰ੍ਹਾਂ ਲਓ ਇਦਾਂ ਲਿਖ ਲਿਓ ਆ ਲੌਸ ਆਫ ਰੁਪੀਸ 500 ਅ ਡਿਪੋਜ਼ਿਟ ਆਫ ਰੁਪੀਸ ਬੀਪਾਰਟ ਫਰੋਮ ਬੈਂਕ ਆ ਵਿਦਡ੍ਰਾਵਲ ਆਫ ਰੁਪੀਸ 1000 ਹੁਣ 326 ਏਡੀ ਇਹਨੂੰ ਜਰਾ ਸਮਝ ਲਓ ਏਡੀ ਤੇ ਬੀਸੀ ਦੇ ਵਿੱਚ ਕੀ ਫਰਕ ਆ ਦੋਨੋਂ ਇੱਕ ਦੂਜੇ ਦੇ ਆਪੋਜ਼ਿਟ ਨੇ ਜ਼ੀਰੋ ਜਿਹੜਾ ਪੁਆਇੰਟ ਹੈ ਇਹਨੂੰ ਬਰਥ ਆਫ ਜੀਸਸ ਕ੍ਰਾਈਸਟ ਮੰਨਿਆ ਜਾਂਦਾ ਉਸ ਤੋਂ ਪਿੱਛੇ ਵਾਲੇ ਜਿੰਨੀ ਸਦੀ ਚੱਲਦੀ ਰਹੀ ਹੈ ਜਿੰਨੇ ਸਾਲ ਚੱਲਦੇ ਰਹੇ ਉਹਨਾਂ ਨੂੰ ਬਿਫੋਰ ਕ੍ਰਾਈਸਟ ਕਹਿ ਦਿੰਦੇ ਆ ਤੇ ਜੀਸੀਐਸ ਕ੍ਰਾਈਸ ਦੇ ਬਰਤੋਂ ਅੱਗੇ ਵੀ ਜਿੰਨੀਆਂ ਸਦੀਆਂ ਚੱਲੀਆਂ ਨੇ ਜਾਂ ਚੱਲ ਰਹੀਆਂ ਨੇ ਉਹਨਾਂ ਨੂੰ ਐਨੋਡੋਮਿਨੀ ਬੋਲਦੇ ਐ ਏਡੀ ਬੋਲਦੇ ਆ ਜਿੱਦਾਂ 2021 ਹੁਣ ਚੱਲ ਰਿਹਾ ਤਾਂ ਇਹਨੂੰ ਆਪਾਂ ਲਿਖਾਂਗੇ ਏਡੀ ਇਹਦਾ ਮਤਲਬ ਇਹ ਬੀਸੀ ਤੇ ਏਡੀ ਇੱਕ ਦੂਸਰੇ ਦੇ ਆਪੋਜ਼ਿਟ ਹੀ ਹੋ ਗਏ ਹੁਣ ਚਲਦੀ ਕਿਦਾਂ ਪਿਛਲੀ ਬੀਸੀ ਕਿਸ ਤਰ੍ਹਾਂ ਚੱਲ ਰਹੀ ਸੀ 326 325 324 ਹੌਲੀ-ਹੌਲੀ ਕਿੱਥੇ ਪਹੁੰਚ ਗਈ ਜ਼ੀਰੋ ਤੇ ਜ਼ੀਰੋ ਤੋਂ 1 2 3 4 ਇੱਦਾਂ 2021 ਤੇ ਹੁਣ ਇਹਨੇ ਲਿਖਿਆ ਹੋਇਆ 326 AD ਤੇ ਤੁਸੀਂ ਕੀ ਲਿਖ ਦਿਓਗੇ 326 BC ਆ ਜਾਏਗਾ ਇਹਦਾ ਆਨਸਰ ਆਪੋਜੀਟ ਲਿਖਣਾ ਹੈ ਨਾ ਅੱਗੇ 5 ਮੀਟਰ ਇੱਥੇ ਅੱਗੇ ਕੁਐਸਚਨ ਸੀਗਾ ਬਿਲੋ ਸੀ ਲੈਵਲ ਇੱਥੇ ਕੀ ਲਿਖ ਦਿਆਂਗੇ ਅਬੋਵ ਸੀ ਲੈਵਲ ਇਹਨੇ ਲਿਖਿਆ ਅੱਗੇ 25 ਡਿਗਰੀ ਅਬੋਵ 0 ਡਿਗਰੀ 25 ਡਿਗਰੀ ਅਬੋਵ 0 ਡਿਗਰੀ ਸੈਲਸੀਅਸ ਇਥੇ ਕੀ ਲਿਖ ਦੇਵਾਂਗੇ 25 ਡਿਗਰੀ ਬਿਲੋ 0 ਡਿਗਰੀ ਸੈਲਸੀਅਸ ਕੁਐਸਚਨ ਨੰਬਰ 3 ਕਹਿੰਦਾ ਜਿਹੜੀਆਂ ਉੱਪਰ ਲੀਆਂ ਸਿਚੁਏਸ਼ਨਾਂ ਨੇ ਇਹਨੂੰ ਇੰਟੀਜਰ ਦੀ ਫਾਰਮ ਚ ਲਿਖੋ ਤਾਂ ਪ੍ਰੋਫਿਟ ਹੈ ਤੇ ਪਲੱਸ ਆ ਜਾਣਾ ਹੈ ਪਲੱਸ 500 ਆ ਦੇਖੋ ਲਿਖਿਆ ਹੋਇਆ ਤੇ ਅੱਗੇ ਹੈਗਾ ਵਿਦਡਰਾਲ ਹੈ ਤਾਂ ਮਾਈਨਸ ਆ ਜਾਣਾ ਦੇਖੋ ਮਾਈਨਸ ਲਿਖਿਆ ਹੋਇਆ ਮਾਈਨਸ 70 ਅੱਗੇ ਡਿਪੋਜ਼ਿਟ ਪਲੱਸ 1000 ਅੱਗੇ 326 ਬੀਸੀ ਹੈ ਇਹਨੂੰ ਨੈਗੇਟਿਵ ਮਾਈਨਸ 326 ਲਿਖ ਦਿਓ ਬਿਫੋਰ ਕ੍ਰਾਈਸਟ ਵਾਲੀ ਪਿਛਲੀ ਜ਼ੀਰੋ ਤੋਂ ਲੈਫਟ ਸਾਈਡ ਤੇ ਹੈ ਨਾ ਇਹ ਅੱਗੇ ਆ ਗਈ ਵਾਰੀ 500 ਮੀਟਰ ਬਿਲੋ ਜਿਹੜਾ ਸੀ ਲੈਵਲ ਦੇ ਨੀਚੇ ਵਾਲੀ ਆਪਾਂ ਮੈਜ਼ਰਮੈਂਟ ਲੈਨੇ ਹਾਂ ਨੈਗੇਟਿਵ 500 ਅਗੇ 525 ਡਿਗਰੀ ਅਬਵ 0 ਡਿਗਰੀ ਸੈਲਸੀਅਸ ਉਹਨੂੰ ਪਲੱਸ 25 ਲਿਖ ਦਿਓ ਅਗੇ ਕੁਐਸਚਨ ਨੰਬਰ ਏ ਸੀਗਾ 3 ਹੁਣ ਆ ਗਿਆ ਕੁਐਸਚਨ ਨੰਬਰ ਕਵੈਸਚਨ ਨੰਬਰ 4 ਦੇ ਵਿੱਚ ਕਹਿੰਦਾ ਰਿਪਰੈਜ਼ੈਂਟ ਦਾ ਫੋਲੋਇੰਗ ਸਿਚੁਏਸ਼ਨ ਇਨ ਇੰਟੀਜਰ ਡਿਪੋਜ਼ਿਟ ਨੂੰ ਇਹ ਵੀ ਉਦਾਂ ਦਾ ਹੀ ਆ ਪਲੱਸ 500 ਐਂਡ 에어로ਪਲੇਨ ਇ ਫਲਾਈਂਗ ਐਟ ਆ ਹਾਈਟ ਆ 2000 ਅਬੋਵ ਸੀ ਇਨ ਨੂੰ ਲਿਖ ਦਾਂਗੇ ਪਲੱਸ 2000 ਜਿਹੜਾ ਅਬੋਵ ਉਹਨੂੰ ਪਲੱਸ ਦੇ ਵਿੱਚ ਬਿਲੋ ਨੂੰ ਨੈਗੇਟਿਵ ਵਿੱਚ ਵਿਦਡਰਾਲ ਪੈਸੇ ਕਢਾਉਣੇ ਹਨ ਨੂੰ ਕੀ ਲਿਖ ਦਾਂਗੇ ਮਾਈਨਸ 700 ਦੇਖੋ ਮਾਈਨਸ 700 ਲਿਖਤਾ ਅਗਿਆ ਡੀਪਾਰਟ ਆ ਡਾਈਵ ਡਾਈਵਸ ਆ ਡੈਪਥ ਆ 6 ਫੀਟ ਬਿਲੋ ਗਰਾਊਂਡ ਲੈਵਲ ਡਾਈਵਰ ਹੁੰਦੇ ਜਿਹੜੇ ਗੋਤਾਖੋਰ ਉਹਨੇ ਡਾਈਵ ਕੀਤੀ ਹੋਣੀ ਆ ਤਾਂ ਕਿੰਨੇ ਮੀਟਰ ਗਿਆਜ 6 ਫੀਟ 6 ਫੀਟ ਬਿਲੋ ਸੀ ਬਿਲੋ ਗਰਾਊਂਡ ਲੈਵਲ ਲਿਖਿਆ ਹੋਇਆ ਨੇ ਤੇ ਕਿ ਇਹਨੂੰ ਮਾਈਨਸ 6 ਲਿਖ ਦੇਾਂਗੇ ਬੱਚੋ ਅਗਲਾ ਕੁਐਸਚਨ ਨਾ ਰਿਪਰੈਜ਼ੈਂਟ ਦਾ ਫਾਲੋਇੰਗ ਨੰਬਰ ਔਨ ਨੰਬਰ ਲਾਈਨ ਜਿੱਦਾਂ -5 6 0 1 ਤੁਸੀਂ ਕੀ ਕਰਨਾ ਪਹਿਲਾਂ ਨੰਬਰ ਲਾਈਨ ਬਣਾ ਲਓ 0 1 2 3 ਇੱਦਾਂ 0 minus -1 minus -3 minus -4 minus -5 ਫਿਰ ਬਹੁਤ ਹੀ ਆਸਾਨ ਆ -5 ਨੂੰ ਰਿਪਰੈਜ਼ੈਂਟ ਕਰਨਾ ਤੁਸੀਂ ਤਾਂ -5 ਦੀ ਪੋਜੀਸ਼ਨ ਇੱਥੇ ਐਰੋ ਲਾ ਕੇ ਲਿਖ ਦਿਓ ਤੇ ਨਾਲ ਨੰਬਰ ਪਾ ਦਿਓ A ਰਿਪਰੈਜ਼ੈਂਟਸ -5 ਜੇ +6 ਲਿਖਣਾ ਇੱਥੇ 0 1 2 3 4 5 6 ਇੱਥੇ ਐਰੋ ਲਾ ਦਿਓ ਇਦਾਂ ਉੱਤੇ ਲਿਖ ਦਿਓ ਪੁਆਇੰਟ ਦਾ ਨਾਮ ਪੁਆਇੰਟ ਦਾ ਨਾਮ ਵੀ ਪਾ ਦਿਓ ਨਾ b ਇੱਥੇ ਲਿਖ ਦਿਓ b ਰਿਪਰੈਜ਼ੈਂਟਸ 6 ਅੱਗੇ ਕਿੰਨਾ 0 ਆ 0 ਦੀ ਆ ਪੋਜੀਸ਼ਨ ਆਂਦੀ ਹੈ ਲਿਖ ਦਿਓ c ਰਿਪਰੈਜ਼ੈਂਟਸ 0 ਨਾਲ ਨਾਮ ਪਾ ਦਿਓ ਨਾ ਪੁਆਇੰਟ ਦਾ ਨਾਮ ਪਾ ਦਿਓ ਇਦਾਂ ਤੁਸੀਂ ਬਾਕੀ ਦੇ ਵੀ ਪਾਰਟ ਕਰ ਲੈਣੇ ਹੈ ਬੱਚਿਓ ਅਗਲਾ ਕੁਐਸਚਨ ਨੰਬਰ 6 ਇੱਥੇ ਨਾ a ਦੀ ਵੈਲਿਊ ਦਿੱਤੀ ਹੋਈ ਆ ਇਹਨੇ ਨੰਬਰ ਲਾਈਨ ਦਾ ਬਣਾ ਕੇ a b c d e ਆ ਪੁਆਇੰਟ ਲਿਖਿਆ ਆ a ਦੀ ਵੈਲਿਊ -2 ਦਿੱਤੀ ਆ ਤੇ ਬਾਕੀ ਪੁਆਇੰਟ ਇਥੋਂ ਆਪਣੇ ਆਪ ਹੀ ਲਿਖ ਲਓ -2 ਇਧਰ ਕੀ ਆਏਗਾ -3 -4 -5 -6 -7 ਇਧਰ ਆ ਜਾਣਾ -2 -1 0 1 2 3 4 5 6 ਇਦਾਂ ਸਾਰੇ ਲਿਖ ਲਓ ਫਿਰ ਵਿੱਚ ਰਿਪਰੈਜ਼ੈਂਟਸ -10 ਤੁਹਾਨੂੰ ਡਾਇਰੈਕਟ ਹੀ ਪਤਾ ਲੱਗ ਜਾਏਗਾ ਦੇਖੋ ਮੈਂ ਬਣਾਈਓ ਫਿਗਰ ਆ ਨੰਬਰ ਲਾਈਨ ਡਰਾ ਕੀਤੀ ਹੋਈ ਹੈ ਹੁਣ ਕਹਿੰਦਾ ਕਿਹੜਾ ਪੁਆਇੰਟ -3 ਰਿਪਰੈਜ਼ੈਂਟ ਕਰ ਲਿਆ ਤੁਸੀਂ ਲਿਖ ਦਿਓਗੇ ਪੀ ਪੁਆਇੰਟ ਇੱਥੇ ਪੀ ਲਿਖਿਆ ਹੋਇਆ ਹੈ ਨਾ ਦੇਖੋ ਜਰਾ ਧਿਆਨ ਨਾਲ -3 ਕਿਹੜਾ ਰਿਪਰੈਜ਼ੈਂਟ ਕਰ ਰਿਹਾ ਇਹ ਪੀ ਨਹੀਂ ਹੈ ਬੱਚੋ ਇਹ ਨੇ -3 ਕਿਹਾ -3 ਹੈਗਾ ਬੀ ਬੀ ਰਿਪਰੈਜ਼ੈਂਟਸ -3 ਅੱਗੇ ਨੇ ਪੁੱਛਿਆ ਆ ਲੋਕੇਟ ਦਾ ਪੁਆਇੰਟ ਵਿਚ ਰਿਪਰੈਜ਼ੈਂਟਸ ਆਪੋਜ਼ਿਟ ਆਫ ਬੀ ਐਂਡ ਨੇਮ ਇਟ ਪੀ ਜਿਹੜਾ ਬੀ ਦਾ ਆਪੋਜ਼ਿਟ ਹੈਗਾ ਲਓ ਬੀ ਦਾ ਆਪੋਜ਼ਿਟ ਦੇਖੀਏ ਬੀ ਦਾ ਆਪੋਜ਼ਿਟ ਹੈਗਾ ਇੱਥੇ ਮਾਈਨਸ 3 ਹਨ ਇਹਦਾ ਆਪੋਜ਼ਿਟ ਹੈਗਾ ਪਲੱਸ 3 ਇਹਦਾ ਨਾਂ ਕਹਿੰਦਾ ਪੀ ਰੱਖ ਦਿਓ ਇਦਾਂ ਹੀ ਬਾਕੀ ਅਗਲਾ ਪੁਆਇੰਟ ਅੱਗੇ ਦੇਖੋ ਸੀ ਰਾਈਟ ਇੰਟੀਜਰਸ ਫਾਰ ਦਾ ਪੁਆਇੰਟਸ ਸੀ ਐਂਡ ਈ ਸੀ ਤੇ ਈ ਦੇ ਇੰਟੀਜਰ ਲਿਖਣੇ ਆ ਸੀ ਤੇ ਈ ਦੇ ਲਓ ਦੇਖੋ ਸੀ ਤੇ ਈ ਦੇ ਇੰਟੀਜਰ ਦੇਖ ਲਓ ਸੀ ਦਾ ਹੈਗਾ ਮਾਈਨਸ 7 ਤੇ e ਦਾ ਹੈਗਾ 4 4 7 4 ਦਾ ਇੰਟੀਜ਼ਰ ਪੁਆਇੰਟ c ਇਜ਼ -7 ਦਾ ਇੰਟੀਜ਼ਰ ਆਫ 4 ਅੱਗੇ d ਪਾਰਟ ਵਿਚ ਪੁਆਇੰਟ ਮਾਰਕ ਡਾਊਨ ਦਾ ਨੰਬਰ ਲਾਈਨ ਹੈਜ਼ ਦਾ ਲੀਸਟ ਵੈਲਿਊ ਕਿਹੜੇ ਨੰਬਰ ਲਾਈਨ ਤੇ ਜਿਹੜਾ ਪੁਆਇੰਟ ਆ ਸਭ ਤੋਂ ਘੱਟ ਵੈਲਿਊ ਹੈਗੀ ਆ ਉਹ ਕਿਹੜੀ ਹੋਏਗੀ ਜਿਹੜਾ ਧਿਆਨ ਨਾਲ ਦੇਖੋ ਆ ਵਾਲੀ ਵੈਲਿਊ c ਦੀ -7 ਹੈ ਨਾ c ਇਕੁਅਲ ਟੂ -7 ਹੈਜ਼ ਦਾ ਲੀਸਟ ਵੈਲਿਊ ਬੱਚੋ ਕੁਐਸਚਨ ਨੰਬਰ 7 ਇਨ ਈਚ ਆਫ ਦਾ ਫੋਲੋਇੰਗ ਵਿਚ ਨੰਬਰ ਇਜ਼ ਰਾਈਟ ਆਫ ਦਾ ਅਦਰ ਨੰਬਰ 2 ਤੇ 9 ਆ ਕਿਹੜਾ ਰਾਈਟ ਸਾਈਡ ਤੇ ਹੋਏਗਾ ਲਓ ਨੰਬਰ ਲਾਈਨ ਦੇਖ ਲਓ ਆ 2 ਤੇ 9 ਆ ਰਾਈਟ ਸਾਈਡ ਤੇ ਕਿਹੜਾ 9 ਜਿਹਦੀ ਵੈਲਿਊ ਜ਼ਿਆਦਾ ਉਹ ਰਾਈਟ ਸਾਈਡ ਤੇ ਹੋਏਗਾ ਤੁਸੀਂ ਲਿਖਣਾ ਵਿਚ 2 9 ਇਦਾਂ ਲਿਖ ਕੇ ਲਿਖ ਦੇਣਾ 9 ਹੈ ਲਾਈਜ਼ ਰਾਈਟ ਔਨ ਦਾ ਨੰਬਰ ਲਾਈਨ ਕਿਉਂ 9 2 ਨਾਲੋਂ ਵੱਡਾ ਐਦਾਂ -3 ਤੇ ਅੱਗੇ -8 ਲਿਖਿਆ ਤੇ -3 ਲਾਈਜ਼ ਔਨ ਦਾ ਰਾਈਟ ਸਾਈਡ ਆਫ ਦਾ ਨੰਬਰ ਇੱਥੇ ਦੇਖ ਲਓ ਬੇਸ਼ੱਕ ਆ ਲਿਖਿਆ ਜਿੱਦਾਂ -3 ਹੀ ਕਿ -8 ਤੋਂ ਅੱਗੇ ਆਏਗਾ ਨਾ ਤੇ -3 ਇਹਦੇ ਕੰਪੈਰੀਟਿਵਲੀ ਦੇਖਣਾ -8 ਦੇ ਕੰਪੈਰੀਟਿਵਲੀ ਤੁਲਨਾ ਇਹਨਾਂ ਦੋਨਾਂ ਦੇ ਵਿੱਚ ਹੀ ਹੋਣੀ ਹੈ ਬੱਚੋ ਆ ਦੋਨਾਂ ਨੰਬਰਾਂ ਦੇ ਵਿੱਚ ਤੇ -8 ਰਾਈਟ ਸਾਈਡ ਤੇ ਆਏਗਾ ਇਸ ਤੋਂ ਬਾਅਦ 0 ਤੇ -5 ਤੇ 0 ਲਾਈਜ਼ ਔਨ ਦਾ ਰਾਈਟ ਸਾਈਡ ਆਫ ਦਾ ਨੰਬਰ ਬਿਕਾਜ਼ 0 ਗ੍ਰੇਟਰ ਥੈਨ -5 ਇਦਾਂ ਹੀ ਮਾਈਨਸ 11 ਤੇ 10 ਮਾਈਨਸ 11 ਛੋਟਾ ਤੇ 10 ਵੱਡਾ ਜਿਹੜਾ ਵੱਡਾ ਨੰਬਰ ਹੁੰਦਾ ਉਹ ਹੀ ਰਾਈਟ ਸਾਈਡ ਤੇ ਆਏਗਾ ਜੇ ਦੋਨਾਂ ਚ ਆਪਾਂ ਕੰਪੈਰੀਜ਼ਨ ਕਰਾਂਗੇ 10 ਲਾਈਜ਼ ਔਨ ਦਾ ਰਾਈਟ ਆਫ ਨੰਬਰ ਬਿਕੋਜ਼ 10 ਇਜ਼ ਗ੍ਰੇਟਰ ਦੈਨ ਮਾਈਨਸ 11